ਹੈਲੋ ਐਵਰੀਵਨ, ਮਾਈ ਨੇਮ ਇਜ਼ ਸਨੀ, ਵੈਲਕਮ ਟੂ ਸਨੀ ਕੋਚਿੰਗ ਕਲਾਸਿਸ। ਅੱਜ ਸਾਡੇ ਨਾਲ ਨੇ ਗੁਰਕਰਵਰ ਜੀ, ਇਹ ਨਾਭੇ ਕੋਲੋਂ, ਪਟਿਆਲੇ ਕੋਲੋਂ ਆਏ ਨੇ। ਇਹਨਾਂ ਨੇ PAU ਦੇ ਦੋਨੋਂ ਐਂਟਰੈਂਸ, BSC ਐਗਰੀਕਲਚਰ ਦੇ, CET ਅਤੇ BSET ਦੋਨੋਂ ਕਲੀਅਰ ਕੀਤੇ ਨੇ ਅਤੇ ਦੋਨਾਂ ਦੇ ਵਿੱਚ 5th ਰੈਂਕ ਜੋ ਹੈ ਉਹ ਹਾਸਲ ਕੀਤਾ। ਇਹਨਾਂ ਤੋਂ ਇਹਨਾਂ ਦਾ ਇਗਜ਼ਾਮ ਦਾ ਐਕਸਪੀਰੀਅੰਸ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਇਗਜ਼ਾਮ ਰਹਿੰਦਾ। ਇਹਨਾਂ ਤੋਂ ਟਿਪਸ ਜਾਣਾਂਗੇ ਕਿ ਕਿਸ ਤਰ੍ਹਾਂ ਤੁਸੀਂ ਵੀ ਇਹਨਾਂ ਵਾਂਗੂ ਵਧੀਆ ਰੈਂਕ ਲੈ ਸਕਦੇ ਹੋ, ਕਿਹੜੇ ਸਟੈਪਸ ਅਤੇ ਸਟ੍ਰੈਟੇਜੀ ਫੋਲੋ ਕਰਨ ਦੀ ਜ਼ਰੂਰਤ ਹੈ। ਤਾਂ ਸ਼ੁਰੂਆਤ ਕਰਦੇ ਹਾਂ ਆਪਾਂ ਇੰਟਰੋਡਕਸ਼ਨ ਤੋਂ। ਪਲੀਜ਼ ਆਪਣੀ ਇੰਟਰੋਡਕਸ਼ਨ ਦਿਓ ਪਹਿਲਾਂ ਤਾਂ। ਤੁਹਾਡਾ ਨਾਮ, ਸਿਟੀ, ਕਿੱਥੋਂ ਆਏ ਹੋ, ਕਿੰਨਾ ਤੁਹਾਡਾ ਰੈਂਕ ਸੀਗਾ, ਕਿਹੜੇ ਇਗਜ਼ਾਮ ਦੇ ਵਿੱਚ? ਮਾਈ ਨੇਮ ਇਜ਼ ਗੁਰਕਮਲ ਸਿੰਘ, ਆਈ ਬਿਲੋਂਗ ਟੂ ਨਾਭਾ ਵਿਚ ਇਜ਼ ਇਨ ਡਿਸਟ੍ਰਿਕਟ ਪਟਿਆਲਾ, ਐਂਡ ਆਈ ਗੇਵ ਬੋਥ ਦ ਟੈਸਟ ਆਫ PAU, ਦੈਟ ਇਜ਼ BSET ਐਂਡ CET, ਐਂਡ ਆਈ ਸਿਕਿਉਰਡ 5th ਰੈਂਕ ਇਨ ਬੋਥ ਦ ਟੈਸਟ। ਵੈਰੀ ਗੁੱਡ। ਇਹ ਦੋਨਾਂ ਦੇ ਵਿੱਚ ਸੇਮ ਰੈਂਕ ਲੈਣ ਦੀ ਕੋਈ ਵਜ੍ਹਾ? ਕਿਉਂਕਿ CET ਦੇ ਵਿੱਚ BSET ਨਾਲੋਂ ਕੰਪੀਟੀਸ਼ਨ ਜ਼ਿਆਦਾ ਹੁੰਦਾ ਅਤੇ ਜਨਰਲੀ ਦੇਖਿਆ ਕਿ BSET ਦੇ ਵਿੱਚ ਥੋੜ੍ਹਾ ਰੈਂਕ ਵਧੀਆ ਆ ਜਾਂਦਾ, CET 'ਚ ਥੋੜ੍ਹਾ ਪਿੱਛੇ ਚਲਿਆ ਜਾਂਦਾ। ਤੁਹਾਡਾ ਸੇਮ ਰਿਹਾ, CET 'ਚ ਥੋੜ੍ਹੀ ਮਿਹਨਤ ਵਧਾ ਲਈ ਸੀ ਜਾਂ ਕੀ ਰੀਜ਼ਨ? ਸਰ ਐਕਚੁਲੀ BSET ਦੇ ਵਿੱਚ ਇੰਨਾ ਕੌਨਫੀਡੈਂਸ ਨਹੀਂ ਬਣ ਰਿਹਾ ਸੀ ਵੀ ਪਤਾ ਨਹੀਂ ਵੀ ਪੇਪਰ ਕਿਹੋ ਜਿਹਾ ਹੋਏਗਾ, ਮਤਲਬ ਕੰਪੀਟੀਸ਼ਨ ਕਿਹੋ ਜਿਹਾ ਹੋਏਗਾ, ਟਫ ਕਿੰਨਾ ਹੋਏਗਾ। ਬਟ ਉਸ ਤੋਂ ਬਾਅਦ ਪਤਾ ਲੱਗ ਗਿਆ ਸੀ ਵੀ CET ਦਾ ਕੀ ਹਿਸਾਬ ਕਿਤਾਬ ਹੋਏਗਾ। ਤਾਂ ਸਰ ਠੀਕ ਹੈ, ਪੇਪਰ ਦਾ CET ਅਤੇ BSET ਦੀ ਡਿਫੀਕਲਟੀ ਲੈਵਲ ਸੇਮ ਜਿਹਾ ਵਾ ਕਿ ਅਲੱਗ ਅਲੱਗ ਹੈ? ਨਹੀਂ ਸਰ, ਕਾਫੀ ਡਿਫਰੈਂਟ ਸੀਗਾ ਅਤੇ CET ਕਾਫੀ ਹਾਈ ਲੈਵਲ ਦਾ ਸੀਗਾ ਅਤੇ BSET ਕਾਫੀ ਸਿੰਪਲ ਸੀ। ਠੀਕ ਹੈ। +2 ਤੁਸੀਂ ਇਸ ਸਾਲ ਕੀਤੀ ਹੈ, ਪਿਛਲੇ ਸਾਲ? ਸਰ ਇਸੇ ਸਾਲ ਕੱਢੀ ਹੈ। ਕਿਹੜੇ ਬੋਰਡ ਤੋਂ ਕਿੰਨੀ ਪਰਸੈਂਟੇਜ? ਸਰ ਮੈਨੇ PSEB ਤੋਂ ਕਰੀ, 92% ਆਏ ਸੀ। ਠੀਕ ਹੈ। ਅਤੇ ਨੋਨ ਮੈਡੀਕਲ ਸੀ, ਮੈਡੀਕਲ ਸੀ? ਨੋਨ ਮੈਡੀਕਲ। ਚਲੋ ਆਪਾਂ CET 'ਤੇ ਫੋਕਸ ਕਰਦੇ ਹਾਂ। CET ਦੇ ਵਿੱਚ ਤਿੰਨਾਂ ਸਬਜੈਕਟਸ ਦੇ ਵਿੱਚੋਂ ਸਭ ਤੋਂ ਸੌਖਾ ਅਤੇ ਸਭ ਤੋਂ ਔਖਾ ਕਿਹੜਾ? ਸਰ ਸੌਖਾ ਸੀਗਾ ਆਪਣਾ ਮੈਥਸ ਅਤੇ ਔਖਾ ਲੱਗਿਆ ਕੈਮਿਸਟਰੀ। ਠੀਕ ਹੈ। ਮੈਥਸ ਦੇ ਕੁਸ਼ਚਨ ਜ਼ਿਆਦਾ ਲੈਂਥੀ ਨਹੀਂ ਸੀ, ਕਿਉਂ ਸੌਖਾ ਲੱਗੇ? ਕਿੱਦਾਂ ਸੌਖਾ? ਸਰ ਉਸ 'ਚ ਐਕਚੁਲੀ ਬੇਸਿਕ ਜਿਹੇ ਕੁਸ਼ਚਨ ਸੀਗੇ, ਮਤਲਬ ਜਿਹੜੇ ਜਨਰਲ ਨੌਲੇਜ ਨਾਲ ਵੀ ਹੋ ਸਕਦੇ ਨੇ, ਜਿਵੇਂ ਸਿੰਪਲ ਫਾਰਮੂਲਾਸ ਨਾਲ ਵੀ ਹੋ ਸਕਦੇ ਨੇ, ਤਾਂ ਉਹ ਈਜ਼ੀ ਲੱਗੇ ਸਰ। ਠੀਕ ਹੈ। ਅਤੇ ਕੈਮਿਸਟਰੀ ਇੰਨੀ ਟਫ ਕਿਉਂ, ਕੀ ਇੱਦਾਂ ਦਾ ਪਾਰਟ ਟਫ ਲੱਗਿਆ? ਸਰ ਕੈਮਿਸਟਰੀ 'ਚ ਐਕਚੁਲੀ ਮੈਨੂੰ ਪਰਸਨਲੀ ਔਰਗੈਨਿਕ ਔਖੀ ਲੱਗਦੀ ਹੈ, ਅਤੇ ਸਰ ਊਂ ਵੀ ਜਿਹੜੇ ਕੁਸ਼ਚਨ ਆਏ ਹੋਏ ਸੀਗੇ ਕਾਫੀ ਡਿਟੇਲ 'ਚ ਸੀਗੇ, ਮਤਲਬ ਇੰਨੇ ਐਕਸਪੈਕਟ ਨਹੀਂ ਕਰੇ ਸੀ, ਜਿਵੇਂ BSET 'ਚ ਸਿੰਪਲ ਸੀਗੇ ਉਹ 'ਚ ਕਾਫੀ ਡਿਟੇਲ 'ਚ ਆਏ ਹੋਏ ਸੀ, ਤਾਂ ਕਰਕੇ ਸਰ। ਠੀਕ ਹੈ। ਅਤੇ ਫਿਜ਼ਿਕਸ ਮੋਡਰੇਟ ਸੀ? ਮੋਡਰੇਟ ਸੀ ਸਰ। ਓਕੇ। ਇਗਜ਼ਾਮ 'ਚ ਥਰੈਟੀਕਲ ਕੁਸ਼ਚਨ ਜ਼ਿਆਦਾ ਆਉਂਦੇ ਨੇ ਜਾਂ ਨਿਊਮੈਰੀਕਲ ਜ਼ਿਆਦਾ ਆਉਂਦੇ ਨੇ? ਸਰ ਥਰੈਟੀਕਲ ਜ਼ਿਆਦਾ ਆਉਂਦੇ ਨੇ ਐਕਚੁਅਲੀ। ਠੀਕ ਹੈ। ਕੀ ਇਕੱਲੀ NCERT ਕਰ ਲੈਣਾ CET ਕਲੀਅਰ ਕਰਨ ਦੇ ਲਈ ਕਾਫੀ ਹੈ? ਨਹੀਂ ਸਰ, ਇਹ ਐਕਚੁਲੀ ਵੈਸੇ ਪਰਸਨ ਟੂ ਪਰਸਨ ਡਿਫਰ ਕਰਦਾ ਵੀ ਜਿਹਨੂੰ ਜ਼ਿਆਦਾ ਨੌਲੇਜ ਹੈ ਉਹ ਕਰ ਵੀ ਸਕਦਾ, ਬਟ ਐਂ ਵੀ ਐਕਸਟਰਾ ਨੌਲੇਜ ਹੋਣੀ ਮਸਟ ਹੈ ਵੀ ਜੇ ਪੇਪਰ ਕਲੀਅਰ ਕਰਨਾ। +2 ਤੋਂ ਬਾਅਦ ਸੋਚਿਆ ਤੁਸੀਂ BSC ਐਗਰੀਕਲਚਰ ਬਾਰੇ, ਤੁਹਾਨੂੰ ਕਿੰਨਾ ਨੇ ਗਾਈਡ ਕੀਤਾ, ਖੁਦ ਲੱਭਿਆ, ਕਿਸੇ ਨੇ ਗਾਈਡ ਕੀਤਾ? ਨਹੀਂ ਸਰ, ਮੇਰੇ ਪੇਰੈਂਟਸ ਦੇ ਜਿਹੜੇ ਨਾਲ ਕੁਲੀਗ ਸੀਗੇ ਉਹਨਾਂ ਦੇ ਜਿਵੇਂ ਬੱਚਿਆਂ ਨੇ ਵੀ ਇੱਧਰ ਨੂੰ ਕਰੀ ਹੋਈ ਸੀ ਅਤੇ ਉਹਨਾਂ ਨੂੰ ਨਿਕਲਦੇ ਸਾਰੇ ਜੋਬ ਮਿਲ ਜਾਂਦੀ ਆ, ਮੈਨੇ ਮਤਲਬ ਉਹਨਾਂ ਨੇ ਦੱਸਿਆ ਅਤੇ ਫਿਰ ਸਰ ਇੱਧਰ ਦਾ ਹੀ ਪਲਾਨ ਬਣ ਗਏ ਸੀ। BSC ਐਗਰੀਕਲਚਰ ਤੋਂ ਬਾਅਦ ਦੇ ਕੀ ਪਲਾਨ ਨੇ? ਗੌਰਮੈਂਟ ਜੋਬ ਤੁਹਾਨੂੰ ਆਫਰ ਹੋ ਰਹੀ ਹੈ, MSC 'ਚ ਐਡਮਿਸ਼ਨ ਆਫਰ ਹੋ ਰਹੀ ਹੈ, ਲੈਟਸ ਏ PAU ਦੇ ਵਿੱਚ ਹੀ, ਕੀ ਪ੍ਰੈਫਰ ਕਰੋਗੇ? ਸਰ ਮੈਂ ਪਹਿਲਾਂ ਗੌਰਮੈਂਟ ਜੋਬ ਲਈ ਅਪਲਾਈ ਕਰਨਾ ਚਾਹੂੰਗਾ। ਠੀਕ ਹੈ। ਅੱਛਾ, ਗੌਰਮੈਂਟ ਜੋਬ ਅਗਰ ਤੁਹਾਨੂੰ ਇੱਥੇ ਮਿਲ ਰਹੀ ਹੋਵੇ ਜਾਂ ਫਿਰ ਤੁਹਾਡੀ ਮਾਸਟਰਸ ਲੈਟਸ ਏ ਕੋਈ ਫੋਰਨ ਯੂਨੀਵਰਸਿਟੀ ਦੇ ਵਿੱਚ ਅੰਡਰ ਸਕਾਲਰਸ਼ਿਪ ਆਫਰ ਹੋ ਜਾਂਦੀ ਹੈ, ਫਿਰ ਆਪਾਂ ਕੀ ਪ੍ਰੈਫਰ ਕਰਾਂਗੇ? ਸਰ ਫਿਰ ਮੈਂ ਅਬਰੋਡ ਜਾਣਾ ਚਾਹੂੰਗੀ। ਠੀਕ ਹੈ, ਠੀਕ ਹੈ। ਪ੍ਰੈਪਰੇਸ਼ਨ ਦੇ ਲਈ ਤੁਸੀਂ ਕੁਛ ਪੇਪਰ ਤੋਂ ਕੁਛ ਦਿਨ ਦੀ ਪਹਿਲਾਂ ਦੀ ਤੁਹਾਡਾ ਡੇਲੀ ਸ਼ਡਿਊਲ ਜਾਣ ਲੈਂਦੇ ਹਾਂ, ਕਿੰਨੇ ਘੰਟੇ ਕੀ ਕੁਛ ਕਰਦੇ ਸੀ ਡੇਲੀ ਦਾ ਸ਼ਡਿਊਲ? ਸਰ ਓਨੈਸਟਲੀ ਸਰ ਪੇਪਰ ਤੋਂ ਪਹਿਲਾਂ ਮੇਰਾ ਆਲਮੋਸਟ 12 ਆਵਰਸ ਦਾ ਸਿਟਿੰਗ ਹੈਗੀ ਸੀ ਸਰ ਡੇਲੀ ਦੀ, ਅਤੇ ਜਿਵੇਂ ਸਵੇਰੇ ਉੱਠ ਕੇ ਪਹਿਲਾਂ 7 to 10 ਤੁਹਾਡੀ ਹੁੰਦੀਆਂ ਸੀਗੀ, ਉਸ ਤੋਂ ਬਾਅਦ ਫਿਰ ਮੰਨ ਕੇ ਚੱਲੋ ਜੀ 11:30 ਮੈਂ ਫਿਰ ਬੈਠ ਜਾਣਾ ਜੀ, ਮਤਲਬ 2-3 ਵਜੇ ਤੱਕ, ਫਿਰ ਸਰ ਸ਼ਾਮ ਨੂੰ ਵੀ ਤੁਹਾਡੀਆਂ ਲੱਗਦੀਆਂ ਸੀ, ਤੁਸੀਂ ਰਾਤ ਨੂੰ ਲਾਉਂਦੇ ਹੁੰਦੇ ਸੀ, ਤਾਂ ਸਰ ਐਵੇਂ ਕਰਕੇ ਮਤਲਬ 12-13 ਆਵਰਸ ਦਾ ਡੇਲੀ ਲੱਗ ਜਾਂਦੀ ਸੀ। ਓਕੇ, ਠੀਕ ਹੈ।
ਇਹ 12-13 ਘੰਟੇ ਦੀ ਸੀਟਿੰਗ ਸ਼ੁਰੂ ਤੋਂ ਹੀ ਦਿੰਦੇ ਆ ਰਹੇ ਹੋ ਪਲੱਸ 1-2 ਦੇ ਵਿੱਚ ਜਾਂ ਹੁਣੇ ਦੇਣੀ ਪਈ? ਨਹੀਂ ਸਰ, CET ਤੋਂ ਜਾਂ BSET ਤੋਂ ਪਹਿਲਾਂ ਹੀ ਸਟਾਰਟ ਕਰੇ ਸਰ। ਠੀਕ ਹੈ, ਬੋਰਡ ਐਗਜ਼ਾਮਸ ਦੇ ਵਿੱਚ ਵੀ ਇੰਨੀ ਸੀਟਿੰਗ ਦੇ ਦਿੰਦੇ ਸੀ ਸਰ? ਇੰਨੀ ਨਹੀਂ, ਮਤਲਬ ਪਰ ਹੈਗੀ ਜਦੋਂ ਵੀ 8 ਕੁ ਘੰਟੇ ਦੀ, 8-9 ਘੰਟੇ ਦੀ। ਠੀਕ ਹੈ, ਕਈ ਬੱਚਿਆਂ ਨੂੰ ਸੀਟਿੰਗ ਦੇਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ, ਕੁਝ ਟਿਪਸ ਦੇ ਸਕਦੇ ਹੋ ਇੰਨੀ ਇਕੱਠੇ ਸੀਟਿੰਗ ਕਿੱਦਾਂ ਦੇ ਸਕਦੇ ਹਾਂ? ਸਰ, ਇਹਦੇ ਲਈ ਮਤਲਬ ਮਨ ਦੇ ਵਿੱਚ ਹੋਣਾ ਚਾਹੀਦਾ ਵੀ ਮੈਨੇ ਇਹ ਕਰਨਾ ਹੈ ਸਰ। ਜਿਵੇਂ ਮੈਨੂੰ ਇਸ ਤੋਂ ਜੇ ਮੇਰਾ ਨਾ ਹੁੰਦਾ ਸਰ, ਫਿਰ ਮੈਨੇ BSC 'ਚ ਜਾਣਾ ਸੀਗਾ ਅਤੇ ਸਰ ਫਿਰ ਉਹ ਮੈਨੂੰ ਮਤਲਬ ਇੰਨਾ ਵਧੀਆ ਨਹੀਂ ਲੱਗਦਾ ਸੀਗਾ, ਤਾਂ ਕਰਕੇ ਸਰ ਮੈਨੇ ਸੋਚ ਲਿਆ ਸੀ ਵੀ ਹੁਣ ਚਾਹੂੰਗਾ ਇੱਧਰ ਵੀ, ਚਾਹੇ ਬੱਲੋਵਾਲ 'ਚ ਹੋ ਜਾਵੇ ਚਾਹੇ PAU 'ਚ ਹੋ ਜਾਵੇ, ਤਾਂ ਕਰਕੇ ਸਰ ਮੈਨੇ ਗੋਲ ਹੀ ਮੰਨ ਲਿਆ ਸੀ। ਠੀਕ ਹੈ, ਅੱਛਾ, PAU ਅਤੇ ਬੱਲੋਵਾਲ BSET ਇਹੀ ਦੋ ਕਿਉਂ? GNDU, ਖਾਲਸਾ ਕਾਲਜ, ਹੋਰ ਬਹੁਤ ਸਾਰੇ ਪ੍ਰਾਈਵੇਟ ਕਾਲਜ ਵੀ ਕਰਵਾਉਂਦੇ ਨੇ ਐਗਰੀਕਲਚਰ? ਨਹੀਂ ਸਰ, ਜਿਨ੍ਹਾਂ ਦੀ ਹੁਣ ਮਾਨਤਾ ਹੈਗੀ ਹੈ ਵੀ ਇਹਨਾਂ ਦੇ ਬੱਚੇ ਵੀ ਮਤਲਬ ਇਹਨਾਂ ਦਾ ਪੱਕਾ ਫਿਊਚਰ ਵੀ ਹੋ ਹੀ ਜਾਏਗਾ, ਤਾਂ ਸਰ ਉਹਨਾਂ ਦੀ ਦਿੱਤਾ ਹੀ ਉਹਨੇ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਇਸ ਤੋਂ ਇਲਾਵਾ ਹੋਰ ਕੋਈ ਐਂਟਰੈਂਸ ਤੁਸੀਂ ਦਿਸ ਸਾਲ? ਨਹੀਂ ਸਰ, ਦਿੱਤੀ। ਠੀਕ ਹੈ, ਅੱਛਾ, CET ਦੀ ਪ੍ਰੈਪਰੇਸ਼ਨ ਦੇ ਲਈ ਥਿਊਰੀ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਜਾਂ ਨਿਊਮੈਰੀਕਲਸ ਦੀ ਜ਼ਿਆਦਾ ਪ੍ਰੈਕਟਿਸ ਕਰ, ਕੁਐਸਚਨਸ ਦੀ ਜ਼ਿਆਦਾ ਪ੍ਰੈਕਟਿਸ ਕਰਨੀ ਚਾਹੀਦੀ? ਸਰ, ਮਤਲਬ ਇਹ ਸਬਜੈਕਟ ਟੂ ਸਬਜੈਕਟ ਮੈਟਰ ਕਰਦੀ, ਜਿਵੇਂ ਫਿਜ਼ਿਕਸ 'ਚ ਆਪਾਂ ਕਹਿ ਸਕਦੇ ਹਾਂ ਵੀ ਨਿਊਮੈਰੀਕਲ ਜ਼ਿਆਦਾ ਸੀਗੇ ਕਿਉਂਕਿ ਉਹ ਸਬਜੈਕਟ ਨਿਊਮੈਰੀਕਲਸ ਵਾਲਾ ਹੀ, ਉਹ 'ਚ ਕੁਐਸਚਨ ਕੱਢਣ 'ਤੇ ਪੈਂਦਾ ਹੈ, ਅਤੇ ਜੇ ਆਪਾਂ ਕੈਮਿਸਟਰੀ ਕਰੀਏ ਉਹ 'ਚ ਮੋਸਟਲੀ ਉਹੀ ਸੀਗੀ ਥਿਊਰੀ ਸੀ, ਉਹ 'ਚ ਨਿਊਮੈਰੀਕਲ ਹੈ ਹੀ ਨਹੀਂ ਸੀ ਕੋਈ। ਠੀਕ ਹੈ, ਵੈਸੇ ਮੈਂ ਤੁਹਾਨੂੰ ਐਗਜ਼ਾਮ ਡੇ ਵਾਲੇ ਦਿਨ ਵੀ ਮਿਲਿਆ ਸੀਗਾ। ਹਾਂਜੀ ਸਰ, ਉੱਧਰ ਇੱਕ ਕੁਐਸਚਨ ਅਗਰ ਮੈਂ ਤੁਹਾਨੂੰ ਪੁੱਛਦਾ ਕਿ ਚਲੋ ਹੁਣ ਤੁਸੀਂ ਐਗਜ਼ਾਮ ਦੇ ਕੇ ਆਏ ਹੋ ਹੁਣੇ ਹੁਣੇ, ਤੁਸੀਂ ਕਿੰਨਾ ਕੁ ਰੈਂਕ ਐਕਸਪੈਕਟ ਕਰ ਰਹੇ ਹੋ ਕਿ ਕਿੰਨਾ ਕੁ ਰੈਂਕ ਮੇਰਾ ਆ ਸਕਦਾ ਹੈ? ਪੇਪਰ ਦੇ ਕੇ ਕਿੰਨੀ ਕੁ ਐਕਸਪੈਕਟੇਸ਼ਨ ਸਰ? ਉਸ ਦਿਨ ਮਤਲਬ ਜਿਵੇਂ ਮੈਨੇ ਬਾਕੀਆਂ ਦਾ ਸੁਣਿਆ ਵੀ ਪੇਪਰ ਔਖਾ ਸੀ, ਤਾਂ ਮੈਨੂੰ ਐਕਸਪੈਕਟਡ ਤਾਂ ਸੀਗਾ ਵੀ ਫਸਟ 100 ਜਾਂ 50 ਦੇ ਵਿੱਚ ਤਾਂ ਆ ਹੀ ਜਾਊਂਗਾ, ਤਾਂ ਸਰ ਉਹ ਵੀ। ਠੀਕ ਹੈ, ਫਸਟ 50 ਦੇ ਵਿੱਚ ਐਕਸਪੈਕਟੇਸ਼ਨ ਸੀਗਾ ਅਤੇ ਫਸਟ 5th ਰੈਂਕ ਹੀ ਤੁਸੀਂ ਲੈ ਲਿਆ, ਕਿੰਨੀ ਕੁ ਖੁਸ਼ੀ ਹੋਈ, ਕੀ ਰਿਐਕਸ਼ਨ ਸੀ ਤੁਹਾਡਾ? ਸਰ, ਰਿਐਕਸ਼ਨ ਤਾਂ ਐਕਚੁਅਲੀ ਅਨਬਿਲੀਵੇਬਲ ਜਿਹਾ ਹੀ ਸੀਗਾ ਵੀ ਮਤਲਬ ਵੈਸੇ ਪਤਾ ਹੀ ਸੀ ਵੀ ਮਿਹਨਤ ਕਰੀ ਹੋਈ ਹੈ ਵੀ ਇਹ ਵਿਅਰਥ ਤਾਂ ਜਾਣੀ ਨਹੀਂ ਕਿਤੇ, ਪਰ ਸਰ ਫਿਰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਘਰਦਿਆਂ ਨੂੰ ਸਾਰਿਆਂ ਨੇ। ਠੀਕ ਹੈ, ਠੀਕ ਹੈ, ਦੋ ਦੋ ਤਿੰਨ ਤਿੰਨ ਵਾਰ ਤਾਂ ਨਹੀਂ ਰਿਜ਼ਲਟ ਚੈੱਕ ਕਰਨਾ? ਸਰ, ਕਰਿਆ ਸੀ ਸਰ, ਮੈਨੂੰ ਲੱਗਿਆ ਵੀ ਕਿਤੇ ਮੇਰੀ ਰੋਲ ਨੰਬਰ ਹੈ। ਹਾਂਜੀ, ਠੀਕ ਹੈ, ਠੀਕ ਹੈ, ਠੀਕ। ਪ੍ਰੈਪਰੇਸ਼ਨ ਦੇ ਟਾਈਮ ਤੁਹਾਡੇ ਮਨ ਦੇ ਵਿੱਚ ਸਭ ਤੋਂ ਵੱਡਾ ਡਰ ਕੀ ਸੀ? ਸਰ, ਮੈਨੂੰ ਇਹ ਡਰ ਸੀ ਵੀ ਮਤਲਬ ਜਿਵੇਂ ਇੰਨੇ ਬੱਚਿਆਂ ਨੂੰ ਇੱਥੇ ਭਰਿਆ ਵੀ ਕੀ ਪਤਾ ਰੈਂਕ ਆਏਗਾ ਕਿ ਨਹੀਂ ਆਏਗਾ, ਬਟ ਸਰ ਉਹੀ ਹੈ ਫਿਰ ਹਾਰਡਵਰਕ ਪੇ ਆਫ ਹਮੇਸ਼ਾ ਕਰਦੀ ਹੈ ਉਹਨਾਂ, ਬਸ ਉਹੀ ਹੋਈ। ਡਿਊਰਿੰਗ ਪ੍ਰੈਪਰੇਸ਼ਨ ਟਾਈਮ ਬਹੁਤ ਜਗ੍ਹਾ 'ਤੇ ਡੀਮੋਟੀਵੇਸ਼ਨ ਹੋ ਜਾਂਦੀ ਹੈ, ਤਾਂ ਤੁਸੀਂ ਉਹ ਤੁਹਾਡੇ ਲਈ ਰੋਲ ਮਾਡਲ ਜਾਂ ਸੋਰਸ ਆਫ ਇੰਸਪੀਰੇਸ਼ਨ ਡਿਊਰਿੰਗ ਪ੍ਰੈਪਰੇਸ਼ਨ ਕੀ ਸੀ? ਸਰ, ਸੋਰਸ ਆਫ ਮੋਟੀਵੇਸ਼ਨ ਤਾਂ ਸਰ ਤੁਸੀਂ ਹੋ ਸੀਗੀ ਵੀ ਮਤਲਬ ਜਿਵੇਂ ਤੁਸੀਂ ਪੜ੍ਹਾਉਂਦੇ ਸੀ ਫਿਰ ਲੱਗਦਾ ਸੀਗਾ ਵੀ ਹਾਂ ਵੀ ਕਰ ਲੂੰਗਾ, ਬਟ ਡੀਮੋਟੀਵੇਸ਼ਨ ਸਰ ਹੋਣੀ ਹੁੰਦੀ ਹੁੰਦੀ ਆ, ਕੋਈ ਵੀ ਪੇਪਰ ਦੀ ਤਿਆਰੀ ਕਰੀਏ ਸਰ ਇੱਕ ਵਾਰ ਤਾਂ ਬੰਦਾ ਡਾਊਨ ਜਾਂਦਾ ਹੀ ਹੈ ਵੀ ਕੀ ਪਤਾ ਹੋਊਗਾ ਨਹੀਂ, ਬਟ ਫਿਰ ਟੀਚਰਸ ਦੀ ਗਾਈਡੈਂਸ ਨਾਲ ਫਿਰ ਅੱਗੇ ਉਹ ਮੋਟੀਵੇਟ ਕਰਦੇ ਨੇ ਤਾਂ ਸਰ ਫਿਰ ਹੋ ਜਾਂਦੇ। ਡਿਊਰਿੰਗ ਦਾ ਪ੍ਰੈਪਰੇਸ਼ਨ ਟਾਈਮ ਫੈਮਿਲੀ, ਫਰੈਂਡਸ ਅਤੇ ਰਿਲੇਟਿਵਸ ਦਾ ਕਿੰਨਾ ਕੁ ਰੋਲ ਰਿਹਾ? ਸਰ, ਫਰੈਂਡਸ ਅਤੇ ਫੈਮਿਲੀ ਦਾ ਤਾਂ ਸਰ ਮੇਜਰ ਰੋਲ ਸੀਗਾ ਜੀ, ਕਿਉਂਕਿ ਮੇਰੇ ਨਾਲ ਦੇ ਤਾਂ ਇੱਕ ਸਰ ਇੱਕ ਹੋਰ ਮੁੰਡਾ ਸੀ ਸਰ, ਉਹ ਵੀ ਇੱਧਰ ਹੀ ਤਿਆਰੀ ਕਰ ਰਿਹਾ ਸੀ, ਅਤੇ ਉਹਨੇ ਵਿੱਚ ਵਿੱਚ ਮੈਨੂੰ ਮਤਲਬ ਜਿਹੜੇ ਟੋਪਿਕਸ ਨਹੀਂ ਸਮਝ ਆਉਂਦੇ ਸੀ ਉਹ ਵੀ ਦੱਸੀ ਗਈ। ਫੈਮਿਲੀ ਦਾ ਤਾਂ ਸਰ ਹੁੰਦਾ ਹੀ ਹੈ, ਫਿਰ ਉਹ ਉਹਨਾਂ ਨੇ ਉਹਨਾਂ ਦੀ ਕਰਕੇ ਹੀ ਹੁਣ ਇੱਥੇ ਆਏ ਹੋਏ ਆ ਸਰ, ਨਹੀਂ ਤਾਂ ਫਿਰ। ਠੀਕ ਹੈ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਸਮਾਂ ਬੱਚੇ ਖਰਾਬ ਕਰ ਲੈਂਦੇ ਨੇ, ਤੁਸੀਂ ਸੋਸ਼ਲ ਮੀਡੀਆ ਨੂੰ ਕਿੱਦਾਂ ਨਾਲ ਨਾਲ ਚਲਾਉਂਦੇ ਸੀ ਜਾਂ ਕਿਸ ਤਰ੍ਹਾਂ ਮੈਨੇਜ ਕਰਦੇ ਸੀ? ਸਰ, ਓਨੈਸਟਲੀ ਸਰ, ਇੱਕ ਮਹੀਨਾ ਦਾ ਮੈਨੇ ਸਰ ਆਲਮੋਸਟ ਸਭ ਕੁਝ ਬੰਦ ਕਰਿਆ ਹੋਇਆ ਸੀਗਾ ਜੀ, ਬਸ ਕਲਾਸਾਂ ਲਾਉਣ ਲਈ ਫੋਨ ਚੱਕਦਾ ਸੀਗਾ ਜੀ, TV ਸਰ ਸਭ ਬੰਦ ਸੀਗੀ, ਅਤੇ ਬਾਕੀ 12-13 ਘੰਟੇ ਬਾਅਦ ਸਰ ਟਾਈਮ ਵੀ ਕਿੱਥੇ ਬਚਦਾ ਜੀ ਸੋਸ਼ਲ ਮੀਡੀਆ ਚਲਾਉਣ ਲਈ। ਅੱਛਾ, ਤੁਸੀਂ ਦੱਸ ਰਹੇ ਹੋ ਜਿਵੇਂ 12-13 ਘੰਟੇ ਰੋਜ਼ ਦੇ ਸੈਲਫ ਸਟੱਡੀ ਨੂੰ ਨਿਕਲ ਜਾਂਦੇ ਸੀਗੇ ਨਾਲ ਕਲਾਸਿਸ ਦੇ ਨਾਲ ਨਾਲ, ਫਿਰ ਸੌਂਦੇ ਕਿੰਨੇ ਘੰਟੇ ਸੀ ਆਪ?
ਸਰ ਸੌਂਦੇ ਸਰ ਦੇਖੋ ਜੀ, ਰਾਤ ਨੂੰ 1 ਵਜੇ ਪੈ ਕੇ 6 ਵਜੇ ਉੱਠਣਾ ਪੈਂਦਾ ਸੀ ਕਿਉਂਕਿ 7 ਵਜੇ ਆਪਣੀ ਕਲਾਸਾਂ ਹੁੰਦੀਆਂ ਸੀਗੀ ਸਰ, ਮਤਲਬ 5 ਘੰਟੇ ਹੁੰਦੇ। ਹਾਂਜੀ, ਕਈ ਲੋਕ ਕਹਿੰਦੇ ਨੇ ਵੀ ਨਹੀਂ ਭਾਈ 7-8 ਘੰਟੇ ਦੀ ਨੀਂਦ ਤਾਂ ਬਹੁਤ ਜ਼ਰੂਰੀ ਹੈ, ਇੱਦੂ ਘੱਟ ਤਾਂ ਔਖਾ ਹੋ ਜਾਂਦਾ ਕੰਮ। ਸਰ ਫਿਰ ਉਹ ਤਾਂ ਹੁਣ ਹੈ ਜੀ, ਜੇ ਹੁਣ ਮਿਹਨਤ ਕਰ ਲਾਂਗੇ ਅੱਗੇ ਜਾ ਕੇ ਵਧੀਆ ਨੀਂਦ ਸੌਣਗੇ, ਜੇ ਹੁਣ ਆਪਣੇ ਉਹ ਕਰ ਲਾਂਗੇ। ਸਰ ਅੱਛਾ, ਮੰਨ ਲਓ ਕੋਈ ਸਟੂਡੈਂਟ ਐਵਰੇਜ ਸਕੋਰ ਕਰ ਰਿਹਾ, ਲਾਈਕ 60-70% ਸਕੋਰ ਲੈ ਰਿਹਾ ਸਕੂਲਸ ਦੇ ਵਿੱਚ, ਉਹਨੂੰ ਕਿੰਨਾ ਕੁ ਟਾਈਮ ਲੱਗ ਜਾਏਗਾ ਸੀਟ ਦੀ ਪ੍ਰੈਪਰੇਸ਼ਨ ਦੇ ਲਈ? ਸਰ ਐਟਲੀਸਟ 3-4 ਮਹੀਨੇ ਚਾਹੀਦੇ ਨੇ ਜੇ ਆਪਾਂ ਮਤਲਬ ਸਕਰੈਚ ਤੋਂ ਸਟਾਰਟ ਕਰੀਏ, ਬਿਲਕੁਲ ਜ਼ੀਰੋ ਤੋਂ। ਅਤੇ ਸਰ 3-4 ਮਹੀਨੇ ਲੱਗਣਗੇ ਜੀ ਇਕੱਲਾ ਇਕੱਲਾ ਕੰਸੈਪਟ ਕਲੀਅਰ ਕਰਵਾਉਣ ਲਈ, ਅਤੇ 3-4 ਮਹੀਨੇ ਲੱਗਣਗੇ। ਕੋਈ ਸ਼ਾਰਟਕੱਟ ਟ੍ਰਿਕ, ਕੋਈ ਟਿਪਸ ਜੋ ਕਈ ਬੱਚਿਆਂ ਨੂੰ ਲੱਗਦਾ ਹੈ ਕਿ ਬਸ ਜਿਵੇਂ ਤੁਸੀਂ ਸਿੰਗਲ ਡਿਜਿਟ ਰੈਂਕ ਲਿਆ, ਕਿ ਕੋਈ ਸ਼ਾਰਟਕੱਟ ਤਰੀਕਾ ਹੋਊਗਾ ਇਹ ਲੈਣ ਦਾ, ਬਸ ਆਹੀ ਆਹੀ ਕਰ ਲਈਏ ਸ਼ਾਰਟਕੱਟ ਤਰੀਕੇ ਦੇ ਨਾਲ, ਕੋਈ ਸ਼ਾਰਟਕੱਟ ਹੈ ਸਕਸੈਸਫੁਲ ਦਾ? ਸਰ ਸਕਸੈਸ ਦਾ ਕੋਈ ਸ਼ਾਰਟਕੱਟ ਨਹੀਂ, ਆਪਾਂ ਕੁਐਸਚਨ ਦੇ ਸ਼ਾਰਟਕੱਟ ਕਰ ਸਕਦੇ ਹਾਂ, ਸਕਸੈਸ ਦਾ ਕੋਈ ਸ਼ਾਰਟਕੱਟ ਨਹੀਂ ਹੋਵੇਗਾ ਸਰ, ਪੂਰੀ ਮਿਹਨਤ ਕਰਨੀ ਪਊਗੀ ਤਾਂ ਹੀ ਰੈਂਕ ਹੋਊਗੀ। ਠੀਕ ਹੈ, ਤੁਸੀਂ ਕੀ ਮਟੀਰੀਅਲ ਕੀ ਕੁਛ ਫੋਲੋ ਕਰਦੇ ਸੀ? ਸਰ ਪਹਿਲਾਂ ਤਾਂ ਸਰ ਜਿਵੇਂ ਆਪਣੇ +1 +2 ਨੋਟਸ ਹੋ ਗਏ ਸਰ, ਤੁਹਾਡੇ ਵੱਲੋਂ ਜਿਹੜੇ ਦਿੱਤੇ PDFs ਵਗੈਰਾ ਭੇਜਦੇ ਸੀ ਉਹ ਹੋ ਗਏ ਸਰ, ਅਤੇ ਬਾਕੀ ਥੋੜ੍ਹੀ ਮੋਟੀ NCERT ਹੋ ਜਾਂਦੀ ਸੀਗੀ ਸਰ, ਇਹ ਸਾਰਾ ਮਿਲ ਕੇ ਹੋ ਗਈ। ਫੁੱਲ ਸਿਲੇਬਸ ਦੇ ਮੌਕ ਟੈਸਟ ਦਾ ਕਿੰਨਾ ਕੁ ਰੋਲ ਹੁੰਦਾ? ਸਰ ਉਹਦਾ ਬਹੁਤ ਵੱਡਾ ਮੇਜਰ ਰੋਲ ਹੁੰਦਾ ਸਰ, ਉਹਦੇ ਨਾਲ ਪਤਾ ਲੱਗ ਜਾਂਦਾ ਵੀ ਆਪਣਾ ਵੀ ਕਿੱਥੇ ਸਟੈਂਡ ਕਰ ਰਹੇ ਹਾਂ ਆਪਾਂ, ਵੀ ਪੇਪਰ 'ਚ ਮਤਲਬ ਆਪਣਾ ਕਿੰਨਾ ਕੁ ਆਊਗਾ ਆਪਾਂ ਨੂੰ, ਸਰ ਉਹਦੇ ਨਾਲ ਪਤਾ ਲੱਗ ਜਾਂਦਾ। ਠੀਕ ਹੈ, ਜੋ ਆਪਾਂ ਮਟੀਰੀਅਲ 'ਚ ਕੁਐਸਚਨ ਕਰਦੇ ਸੀਗੇ ਜਾਂ ਮੌਕ ਪੇਪਰ 'ਚ ਕੁਐਸਚਨ ਹੁੰਦੇ ਸੀ, ਉਹਨਾਂ 'ਚੋਂ ਉਹਨਾਂ ਦਾ ਲੈਵਲ ਅਤੇ ਇਗਜ਼ਾਮ ਦਾ ਲੈਵਲ ਸਮਹਾਉ ਸਿਮਿਲਰ ਸੀ? ਸਰ ਕਹਿ ਸਕਦੇ ਹਾਂ ਜੀ, ਸਮਾਂ ਮਤਲਬ ਸਿਮਿਲਰ ਸੀਗਾ, ਬਟ ਐਗਜੈਕਟਲੀ ਇਸ ਵਾਰ ਸਰ ਪੇਪਰ ਮਤਲਬ ਅਨਪ੍ਰੀਡਿਕਟੇਬਲ ਜਿਹਾ ਆਇਆ, ਵੀ ਮਤਲਬ ਜਿਹੜੇ 'ਚੋਂ ਆਪਾਂ ਐਕਸਪੈਕਟ ਕਰਦੇ ਸੀ ਆਊਗਾ ਉਹਦੇ 'ਚੋਂ ਬਹੁਤ ਘੱਟ ਕੁਐਸਚਨ ਆਏ ਨੇ, ਅਤੇ ਕਈ ਚੈਪਟਰਾਂ 'ਚੋਂ ਸਰ 6-6, 7-7 ਕੁਐਸਚਨ ਆਏ ਨੇ, ਬਟ ਆਪਾਂ ਡਿਫੀਕਲਟੀ ਲੈਵਲ ਦੀ ਗੱਲ ਕਰੀਏ ਤਾਂ ਉਹ ਸੇਮ ਸੀਗੀ। ਠੀਕ ਹੈ, ਆਪਣੇ ਕੀਤੇ ਹੋਏ ਕੁਐਸਚਨ 'ਚੋਂ ਕੁਛ ਸਿਮਿਲਰ ਵੀ ਸੀਗੇ? ਹਾਂਜੀ ਸਰ, ਕੁਛ ਹੱਦ ਤੱਕ ਸਿਮਿਲਰ ਸੀਗੀ। ਠੀਕ ਠੀਕ ਅਗਲੇ ਸਾਲ ਦੇ ਲਈ ਵੀ ਕੁਝ ਬੱਚੇ CET ਦੇ ਲਈ ਪ੍ਰੈਪਰੇਸ਼ਨ ਕਰ ਰਹੇ ਹੋਣਗੇ, ਤੁਹਾਡੇ ਉਹਨਾਂ ਨੂੰ ਕੀ ਟਿਪਸ ਨੇ, ਕਿਸ ਤਰ੍ਹਾਂ ਉਹ ਤਿਆਰੀ ਕਰਨ ਤਾਂ ਕਿ ਉਹ ਵੀ ਤੁਹਾਡੇ ਵਾਂਗੂ ਵਧੀਆ ਰੈਂਕ ਲੈ ਕੇ ਆਪਣਾ ਐਡਮਿਸ਼ਨ ਅਸ਼ੋਰ ਕਰ ਸਕਣ? ਸਰ ਮੈਂ ਤਾਂ ਇਹੀ ਕਹੂੰਗਾ ਵੀ ਮਤਲਬ ਪਹਿਲਾਂ ਬੇਸਿਕਸ ਆਪਣੇ ਬਿਲਕੁਲ ਕਲੀਅਰ ਕਰ ਲਓ, ਮਤਲਬ ਉਹਦੇ 'ਚ ਕੋਈ ਉਹ ਨਹੀਂ ਹੋਣੀ ਚਾਹੀਦੀ ਥਿਊਰੀ ਦੇ ਵਿੱਚ, ਬਾਕੀ ਬੇਸਿਕ ਫਾਰਮੂਲੇਸ ਜਿਹੜੇ ਹੁੰਦੇ ਨੇ ਉਹ ਬਿਲਕੁਲ ਟਿਪਸ 'ਤੇ ਹੋਣੇ ਚਾਹੀਦੇ ਨੇ, ਅਤੇ ਆਪਣੇ ਮਤਲਬ ਕਈ ਚੀਜ਼ਾਂ ਐਵੇਂ ਹੁੰਦੀਆਂ ਨੇ ਜਿਨ੍ਹਾਂ ਨੂੰ ਕੰਪਲੀਟ ਸੋਲਵ ਕਰਨ ਦੀ ਲੋੜ ਨਹੀਂ ਪੈਂਦੀ, ਵੀ ਟਿਪਸ ਅਤੇ ਟ੍ਰਿਕਸ ਵੀ ਉੱਥੇ ਜ਼ਿਆਦਾ ਕੰਮ ਕਰਦੀਆਂ ਨੇ ਜਿਵੇਂ ਤੁਹਾਨੂੰ ਦੱਸੀਆਂ ਸੀਗੀਆਂ, ਅਤੇ ਸਰ ਟਿਪਸ ਅਤੇ ਟ੍ਰਿਕਸ ਵੀ ਹੋਣੀਆਂ ਚਾਹੀਦੀਆਂ ਨਾਲ ਨਾਲ। ਠੀਕ ਹੈ, ਅੱਛਾ ਅਗਰ ਤੁਹਾਨੂੰ ਪਾਸਟ 'ਚ ਜਾਣ ਦਾ ਮੌਕਾ ਮਿਲੇ, ਹਾਲਾਂਕਿ ਤੁਹਾਡਾ ਰੈਂਕ ਬਹੁਤ ਵਧੀਆ ਹੈ, ਪਰ ਫਿਰ ਵੀ ਚਲੋ ਕਿਉਂਕਿ ਉੱਦਾਂ ਦੀ ਕੋਈ ਮਿਸਟੇਕ ਹੋਰ ਬੱਚਿਆਂ ਦਾ ਕਰ ਰਿਹਾ ਹੋਵੇ, ਆਪਾਂ ਆਪਣੇ ਆਪ ਨੂੰ ਕਿੱਥੇ ਹੋਰ ਕਰੈਕਟ ਕਰਨਾ ਚਾਹਾਂਗੇ ਕਿ ਅਗਰ ਇੱਦਾਂ ਨਹੀਂ ਇੱਦਾਂ ਕਰ ਲਾਂਗੇ ਤਾਂ ਹੋਰ ਵੀ ਵਧੀਆ ਕਰ ਸਕਦੇ ਹਾਂ, ਕੁਛ ਕਾਮਨ ਮਿਸਟੇਕਸ ਜੋ ਅਵੋਇਡ ਕਰਨੀਆਂ ਚਾਹੀਦੀਆਂ? ਸਰ ਪਹਿਲੀ ਗੱਲ ਤਾਂ ਸਰ ਕਿਸੇ ਚੀਜ਼ ਨੂੰ ਵੀ ਛੱਡੋ ਨਾ, ਮਤਲਬ ਬੇਸਿਕਲੀ ਮੈਨੇ ਜਿਹੜੇ ਮਤਲਬ ਕਈ ਚੈਪਟਰਸ ਮੈਂ ਛੱਡ ਗਿਆ ਸੀਗਾ ਵੀ ਇਹ ਸ਼ਾਇਦ ਨਾ ਆਉਣ, ਬਟ ਉਹਨਾਂ 'ਚੋਂ ਵੀ ਕਾਫੀ ਕੁਐਸਚਨ ਆਏ ਸੀ। ਅਤੇ ਸੈਕਿੰਡ ਸਰ ਮੈਂ ਕਹੂੰਗਾ ਵੀ ਡੀਮੋਟੀਵੇਸ਼ਨ ਜਿਹੜੀ ਹੈ ਸਰ ਉਹ ਬਹੁਤ ਰੈਂਕ ਕਢਵਾਉਂਦੀ ਹੈ ਸਰ, ਮਤਲਬ ਜਦੋਂ ਮੈਂ BSET ਦਾ ਪੇਪਰ ਦੇਣ ਗਿਆ ਸੀਗਾ ਜੀ ਸਰ, ਮੈਂ ਬਿਲਕੁਲ ਮਨ ਛੱਡੇ ਬੈਠਾ ਸੀ ਵੀ ਨਹੀਂ ਹੋਣਾ ਹੈਗਾ, ਬਟ ਉੱਥੇ ਮੇਰਾ ਫਿਰ ਵੀ ਵਧੀਆ ਰੈਂਕ ਆ ਗਿਆ। ਜੇ ਕਿਤੇ ਮੈਂ ਹੋਰ ਮੋਟੀਵੇਟਡ ਹੁੰਦਾ ਸਰ ਮੈਂ ਹੋਰ ਵੀ ਵਧੀਆ ਰੈਂਕ ਲੈ ਕੇ ਆ ਸਕਦਾ ਸੀ, ਅਤੇ ਇੱਕ ਡੀਮੋਟੀਵੇਸ਼ਨ ਹੋ ਗਈ ਅਤੇ ਇੱਕ ਆਪਣਾ ਕੋਈ ਵੀ ਚੀਜ਼ ਛੱਡਣੀ ਨਹੀਂ ਚਾਹੀਦੀ ਸਰ। ਠੀਕ ਹੈ, ਕੋਈ 3 ਸ਼ਾਰਟ ਟਿਪਸ ਸਟੂਡੈਂਟਸ ਦੇ ਲਈ ਜੋ ਪੱਕਾ ਚੀਜ਼ਾਂ ਕਰਨੀਆਂ ਹੀ ਚਾਹੀਦੀਆਂ ਨੇ ਕਿ ਘੱਟੋ ਘੱਟ ਆਹ 3 ਚੀਜ਼ਾਂ ਕਰ ਲਓ ਤੁਹਾਡਾ ਵਧੀਆ ਰੈਂਕ ਆ ਸਕਦਾ? ਸਰ ਇੱਕ ਜੇ ਕੈਮਿਸਟਰੀ 'ਚ ਗੱਲ ਕਰੀਏ ਤਾਂ ਸਰ ਔਰਗੈਨਿਕ ਤਾਂ ਕਰਨੀ ਹੀ ਕਰਨੀ ਪਊ, ਕਿਉਂਕਿ ਉਹੀ ਐਕਸਪੈਕਟਰ ਬਣ ਜਾਂਦਾ, ਜਿਹੜੇ ਬੱਚੇ ਨੂੰ ਆ ਗਈ ਉਹਦਾ ਰੈਂਕ ਅਪ ਜਾਂਦਾ ਹੀ ਜਾਂਦਾ। ਅਤੇ ਸਰ ਦੂਸਰੀ ਹੋ ਗਈ ਆਪਣੀ ਜਿਹੜੀ ਤੁਸੀਂ ਟਿਪਸ ਐਂਡ ਟ੍ਰਿਕਸ ਦੱਸਦੇ ਹੋ, ਮਤਲਬ ਜਿਹੜਾ ਕੁਐਸਚਨ ਆਪਾਂ 20 ਸਕਿੰਟ 'ਚ ਕਰ ਸਕਦੇ ਹਾਂ ਉੱਥੇ ਕੱਢਣ ਨੂੰ 20 ਮਿੰਟ ਵੀ ਲੱਗ ਸਕਦੇ ਨੇ, ਇਸ ਲਈ ਟ੍ਰਿਕਸ ਅਤੇ ਟਿਪਸ ਵੀ ਜ਼ਰੂਰੀ ਨੇ। ਅਤੇ ਤੀਜੀ ਸਰ ਆਪਣੀ ਮਿਹਨਤ, ਮਿਹਨਤ ਬਿਲਕੁਲ ਨਹੀਂ ਛੱਡਣੀ ਚਾਹੀਦੀ ਸਰ, ਹਮੇਸ਼ਾ ਪੇ ਆਫ ਕਰਦੀ ਹੈ। ਇਸ ਪ੍ਰੈਪਰੇਸ਼ਨ ਦੇ ਟਾਈਮ ਦੇ ਵਿੱਚ ਚਲੋ ਪੜ੍ਹਾਈ ਤਾਂ ਆਪਾਂ ਸਿੱਖੀ, ਪੜ੍ਹਾਈ ਤੋਂ ਇਲਾਵਾ ਹੋਰ ਆਪਾਂ ਕੀ ਸੈਲਫ ਲਰਨਿੰਗ ਕੀਤੀ, ਹੋਰ ਕੁਛ ਨਵਾਂ ਕੀ ਸਿੱਖਿਆ ਇਸ 2-3 ਮਹੀਨਿਆਂ ਦੀ ਜਰਨੀ 'ਚ?
ਸਰ ਇਸ ਦੇ ਵਿੱਚ ਸਿੱਖਿਆ ਕਿ ਇੱਕ ਤਾਂ ਕਦੇ ਵੀ ਆਪਣਾ ਮਤਲਬ ਦਿਲ ਨਹੀਂ ਹਾਰਨਾ ਚਾਹੀਦਾ, ਡੀਮੋਟੀਵੇਸ਼ਨ ਸਰ ਬਹੁਤ ਮਤਲਬ ਉਹ ਆਪਾਂ ਨੂੰ ਕਰ ਜਾਂਦੀ ਹੈ, ਡੀਮੋਟੀਵੇਟ ਨਹੀਂ ਹੋਣਾ ਚਾਹੀਦਾ। ਸੈਕਿੰਡ ਗੱਲ ਸਰ ਵੀ ਹਮੇਸ਼ਾ ਆਪਣੀ ਮਿਹਨਤ 'ਤੇ ਭਰੋਸਾ ਰੱਖਣਾ ਚਾਹੀਦਾ, ਮਤਲਬ ਸਕਸੈਸ ਉਦੋਂ ਹੀ ਮਿਲਦੀ ਹੈ ਜੇ ਆਪਾਂ ਹਾਰਡਵਰਕ ਕਰਦੇ ਹਾਂ। ਜੇ ਇਸ ਵਾਰ ਨਹੀਂ ਮਿਲੀ ਤਾਂ ਅਗਲੀ ਵਾਰ ਜ਼ਰੂਰ ਮਿਲੇਗੀ, ਕਿਉਂਕਿ ਹਾਰਡਵਰਕ ਕਦੇ ਵੀ ਵੇਸਟ ਨਹੀਂ ਜਾਂਦੀ ਹੈਗੀ ਸਰ, ਇਹ ਦੋਨੋਂ ਚੀਜ਼ਾਂ। ਠੀਕ ਹੈ, ਤੁਹਾਡੀ ਐਗਰੀਕਲਚਰ ਦੇ ਵਿੱਚ ਹੀ ਐਡਮਿਸ਼ਨ ਅਸ਼ੋਰ ਸ਼ੋਰਟ ਹੋ ਜਾਣੀ ਹੈ, ਤੁਹਾਡਾ ਕੋਰਸ ਵੀ ਸ਼ੋਰਟ ਲਿਸਟ ਐਗਰੀਕਲਚਰ ਹੀ ਕੀਤਾ ਹੋਇਆ, ਬਟ ਲੈਟਸ ਸੇ ਅਗਰ ਐਗਰੀਕਲਚਰ ਆਪਾਂ ਨਾ ਲੈਣਾ ਹੁੰਦਾ ਤਾਂ ਪੀਯੂ ਦੇ ਵਿੱਚ ਹੋਰ ਕਿਹੜਾ ਕੋਰਸ ਲੈਂਦੇ? ਸਰ ਹਾਰਟੀਕਲਚਰ ਲੈਣਾ ਸੀ। ਠੀਕ ਹੈ ਠੀਕ ਹੈ ਠੀਕ ਹੈ। ਬੋਰਡ ਐਗਜ਼ਾਮਸ ਅਤੇ ਸੀਟ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈ? ਸਰ ਇਹ ਤਾਂ ਬਿਲਕੁਲ ਅਨਦਰ ਲੈਵਲ ਦੀ ਗੱਲ ਹੋ ਗਈ ਸਰ। ਬੋਰਡ ਐਗਜ਼ਾਮ 'ਚ ਤਾਂ ਸਰ ਆਪਾਂ ਨੂੰ ਜਿਵੇਂ ਇਕੱਲੀ ਇਕੱਲੀ ਚੀਜ਼ ਐਕਸਪਲੇਨ ਕਰਨੀ ਪੈਂਦੀ ਆ, ਉਹਦਾ ਇਕੱਲਾ ਇਕੱਲਾ ਵੇ ਦੱਸਣਾ ਪੈਂਦਾ ਵੀ ਇੱਥੋਂ ਆਹ ਹੋਇਆ ਇੱਥੋਂ ਆ ਹੋਇਆ, ਜਦਕਿ ਸੀਟ ਦੇ ਵਿੱਚ ਆਪਾਂ ਨੇ ਸਿੱਧਾ ਆਂਸਰ ਲਾਉਣਾ, ਚਾਹੇ ਆਪਾਂ ਨੂੰ ਮਤਲਬ ਉਹ ਐਕਸਪਲੇਨ ਕਰਨ ਦੀ ਲੋੜ ਵੀ ਨਹੀਂ ਪੈਂਦੀ ਹੈਗੀ। ਇੱਕ ਸਬਜੈਕਟਿਵ ਹੋਗਾ ਇੱਕ ਓਬਜੈਕਟਿਵ ਹੋਗਾ, ਸਰ ਇਹ ਤਾਂ ਬਿਲਕੁਲ ਅਲੱਗ ਚੀਜ਼ਾਂ ਨਹੀਂ ਦਿੰਦੀ ਸਰ। ਮਤਲਬ ਕੋਈ ਬੱਚਾ ਕਹਿੰਦਾ ਵੀ ਬਾਈ ਮੇਰੇ ਤਾਂ ਬੋਰਡ ਦੇ ਵਿੱਚ 90-95% ਨੰਬਰ ਨੇ, ਮੈਂ ਤਾਂ ਆਈ ਸੀਟੀ ਕਰ ਲੂੰਗਾ, ਐਂ ਹੋ ਸਕਦਾ? ਨਹੀਂ ਸਰ ਇਹ ਪੋਸੀਬਲ ਨਹੀਂ ਹੈਗਾ। ਐਂ ਮਤਲਬ ਹੁਣ ਬੋਰਡ ਦੀ ਹਰੇਕ ਚੀਜ਼ ਇੱਧਰ ਨਹੀਂ ਆਉਂਦੀ ਹੈਗੀ, ਕਈ ਚੀਜ਼ਾਂ ਆਊਟ ਆਫ ਬੋਰਡ ਦੇ ਸਿਲੇਬਸ ਤੋਂ ਵੀ ਆ ਗਏ ਸਰ, ਇਹ ਨਹੀਂ ਹੋ ਸਕਦਾ। ਅੱਛਾ, ਬੋਰਡ ਦੇ ਵਿੱਚ ਜੋ ਚੈਪਟਰਸ ਟੋਪਿਕਸ ਡਿਲੀਟਡ ਸੀਗੇ ਰਿਡਿਊਸ ਸੀਗੇ, ਮਤਲਬ ਉਹਨਾਂ 'ਚੋਂ ਵੀ ਪੇਪਰ? ਉਹਨਾਂ 'ਚੋਂ ਵੀ ਆਏ ਸੀ ਸਰ, ਇਸ ਲਈ ਆਪਾਂ ਨੂੰ ਮਤਲਬ ਕੋਈ ਵੀ ਡਿਲੀਟਡ ਪੋਰਸ਼ਨ ਜੇ ਆਪਣੇ ਮਤਲਬ ਕੋਚਿੰਗ ਵਾਲੇ ਕਹਿੰਦੇ ਨੇ ਵੀ ਨਹੀਂ ਕਰਨਾ ਸਰ, ਆਪਾਂ ਨੂੰ ਕਰਨਾ ਪਊਗਾ ਜੇ ਆਪਾਂ ਨੇ ਸੀਈਟੀ ਕੱਢਣੀ ਹੈ। ਠੀਕ ਹੈ, ਪਲੱਸ ਵਨ ਦਾ ਪੋਰਸ਼ਨ ਜ਼ਿਆਦਾ ਦੇਖਣ ਨੂੰ ਲੱਗਿਆ ਜਾਂ ਪਲੱਸ ਟੂ ਦਾ? ਸਰ ਐਕਚੁਲੀ ਇਕੁਅਲ ਜਿਹਾ ਹੀ ਸੀਗਾ ਜੀ, ਹੁਣ ਉੱਥੇ ਸਰ ਪੇਪਰ ਦੇਖ ਕੇ ਹੁਣ ਆਇਆ ਤਾਂ ਦੇਖੇ ਨਹੀਂ ਗਏ ਵੀ ਕਿਹੜਾ ਜ਼ਿਆਦਾ ਹੈ ਬਾਈ। ਠੀਕ ਹੈ ਠੀਕ ਹੈ। ਅੱਛਾ, ਪੇਪਰ ਦੇ ਵਿੱਚ ਟਾਈਮਿੰਗ ਤੁਹਾਨੂੰ ਲਗਭਗ 1 ਮਿੰਟ ਵੀ ਪੂਰਾ ਨਹੀਂ ਮਿਲਦਾ ਹੈਗਾ, ਤਾਂ ਫਿਰ ਉਹ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਕੀਤਾ ਪੇਪਰ 'ਚ? ਸਰ ਟਾਈਮ ਮੈਨੇਜਮੈਂਟ ਵੀ ਬਹੁਤ ਜ਼ਰੂਰੀ ਹੈ ਜੀ। ਸਰ ਜਦੋਂ ਮੈਂ ਬੀ ਸੈਟ ਦਾ ਪੇਪਰ ਦੇਣ ਗਈ, ਮੇਰੀ ਸਲਾਹ ਸੀ ਵੀ ਇੱਕ ਵਾਰ ਕਰਕੇ ਪੂਰਾ ਦੁਬਾਰਾ ਦੇਖੂੰਗਾ, ਅਤੇ ਕਈ ਕੁਸ਼ਚਨ ਮੈਂ ਛੱਡਤੇ ਸੀ ਵੀ ਬਾਅਦ 'ਚ ਕੱਢੂੰਗਾ, ਪਰ ਉਹ ਟਾਈਮ ਹੀ ਨਹੀਂ ਮਿਲਿਆ। ਅਤੇ ਫਿਰ ਸਰ ਉਹੀ ਉਹ ਚੀਜ਼ ਤੋਂ ਹੀ ਸਿੱਖ ਕੇ ਮੈਨੇ ਫਿਰ ਸੀ ਈ ਟੀ ਦੇ ਵਿੱਚ ਨਾਲ ਦੇ ਨਾਲ ਕੁਸ਼ਚਨ ਕੱਢੀ ਗਈ ਵੀ, ਕਿਉਂਕਿ ਦੁਬਾਰਾ ਦੇਖਣ ਦਾ ਮੌਕਾ ਮਿਲਣਾ ਨਹੀਂ ਹੈਗਾ, ਤਾਂ ਸਰ ਨਾਲ ਦੇ ਨਾਲ ਕੱਢੀ ਗਏ, ਤਾਂ ਫਿਰ ਟਾਈਮਿੰਗ ਵੀ ਬਹੁਤ ਜ਼ਰੂਰੀ ਹੈ। ਠੀਕ ਹੈ, ਨੈਗੇਟਿਵ ਮਾਰਕਿੰਗ ਤੋਂ ਕਿੱਦਾਂ ਬਚੀਏ? ਨੈਗੇਟਿਵ ਮਾਰਕਿੰਗ ਦਾ ਸਰ ਇੱਕੋ ਹੀ ਤਰੀਕਾ ਜੀ, ਬਸ ਆਪਣੇ ਜਿਹੜਾ ਜਿੱਥੇ ਥੋੜ੍ਹਾ ਜਿਹਾ ਡਾਊਟ ਲੱਗਦਾ ਉਹ ਛੱਡ ਦਿਓ, ਕਿਉਂਕਿ ਉਹ 0.5 marks ਏ ਆਪਾਂ ਨੂੰ ਬਹੁਤ ਪਿੱਛੇ ਲੈ ਜਾਂਦੇ ਨੇ ਰੈਂਕ 'ਚ, 10-10 ਬੱਚੇ ਵੀ ਮਤਲਬ ਪਿੱਛੇ ਚੱਲ ਜਾਂਦਾ ਰੈਂਕ, ਤਾਂ ਆਪਾਂ ਨੂੰ ਨੈਗੇਟਿਵ ਮਾਰਕਿੰਗ ਨਹੀਂ ਕਰਨੀ ਚਾਹੀਦੀ। ਪ੍ਰੈਪਰੇਸ਼ਨ ਦੇ ਟਾਈਮ 'ਤੇ ਜਦੋਂ ਤੁਹਾਨੂੰ ਵੀ ਡੀਮੋਟੀਵੇਸ਼ਨ ਹੁੰਦੀ ਸੀ, ਉਹਨੂੰ ਕਿਸ ਤਰ੍ਹਾਂ ਡੀਲ ਕਰਦੇ ਸੀ? ਸਰ ਉਹ ਇਸ ਦੇ ਜਿਹਦੇ ਨਾਲ ਡੀਲ ਕਰਨ ਸਭ ਤੋਂ ਵੱਡਾ ਮੇਰਾ ਮਤਲਬ ਕਹਿ ਸਕਦਾ ਰੋਲ ਮੇਰੀ ਮਦਰ ਦਾ ਸੀਗਾ ਸਰ। ਉਹ ਮਤਲਬ ਵਿੱਚ ਵਿੱਚ ਆ ਕੇ ਮੈਨੂੰ ਮਤਲਬ ਕੋਸ਼ਿਸ਼ ਕਰਦੇ ਸੀ ਵੀ ਮੈਂ ਮਤਲਬ ਖੁਸ਼ ਹੋਵਾਂ ਜਾਂ ਮੋਟੀਵੇਟ ਹੋਵਾਂ, ਕਿਉਂਕਿ ਮੈਂ ਕਾਫੀ ਜ਼ਿਆਦਾ ਡੀਮੋਟੀਵੇਟ ਹੋ ਗਿਆ ਸੀ ਵੀ ਨਹੀਂ ਹੋਣਾ ਹੈਗਾ। ਅਤੇ ਫਿਰ ਸਰ ਮੇਰੀ ਮਦਰ ਨੇ ਮੇਰੀ ਬਹੁਤ ਹੈਲਪ ਕਰੀ, ਫਿਰ ਸਰ ਤੁਹਾਡਾ ਵਿੱਚ ਰੋਲ ਆਇਆ ਵੀ ਤੁਸੀਂ ਕਹਿੰਦੇ ਰਹਿੰਦੇ ਸੀ ਵੀ ਪੇਪਰ ਵੀ ਹੋ ਜਾਏਗਾ ਈਜ਼ੀ ਆਏਗਾ, ਤਾਂ ਫਿਰ ਸਰ ਤੁਹਾਡੇ ਦੋਵਾਂ ਦਾ ਬਹੁਤ ਮੇਜਰ ਰੋਲ ਸੀ। ਤਾਂ ਠੀਕ ਹੈ ਠੀਕ ਹੈ। ਤੁਹਾਡਾ ਕੋਚਿੰਗ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਰਿਹਾ? ਸਰ ਕੋਚਿੰਗ ਦਾ ਐਕਸਪੀਰੀਅੰਸ ਬਹੁਤ ਵਧੀਆ ਸੀਗੀ, ਮਤਲਬ ਮੰਨ ਕੇ ਚੱਲੋ ਵੀ ਮੈਂ +1 'ਚ ਵੀ ਲਈ ਹੈ, +2 'ਚ ਵੀ ਕੋਚਿੰਗ ਲਈ ਹੈ ਸਰ, ਬਟ ਤੁਹਾਡਾ ਮਤਲਬ ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਜਿਵੇਂ ਕੋਈ ਵੀ ਡਾਊਟ ਆਪਾਂ ਨਾਲ ਦੇ ਨਾਲ ਪੁੱਛਦੇ ਸੀ ਸਰ, ਤੁਸੀਂ ਜਦੀ ਐਕਸਪਲੇਨ ਕਰਦੇ ਸੀ, 2-3 ਵਾਰ ਪੁੱਛੋ, ਕਦੇ ਤੁਹਾਨੂੰ ਸਰ ਨਾ ਨਹੀਂ ਕਰੀ ਹੈਗੀ ਐਕਸਪਲੇਨ ਕਰਨ ਤੋਂ। ਬਹੁਤ ਵਧੀਆ ਐਕਸਪੀਰੀਅੰਸ ਸੀ। ਥੈਂਕ ਯੂ ਜੀ। ਕੀ ਹੈ ਆਪਣੀ ਵੀਡੀਓ ਸਕ੍ਰਿਪਟਿਡ ਸੀਗੀ? ਆਪਾਂ ਕੁਛ ਤੁਹਾਨੂੰ ਕੁਐਸਚਨ ਪਹਿਲੇ ਦੱਸਦੇ ਸੀ ਵੀ ਭਾਈ ਆਹੀ ਆਨਸਰ ਦੇਣੇ, ਕਿਉਂਕਿ ਤੁਸੀਂ ਇੰਨੇ ਐਕੋਰੇਟਲੀ ਆਨਸਰ ਦੇ ਰਹੇ ਹੋ, ਕਿਸੇ ਨਾ ਕਿਸੇ ਨੂੰ ਸ਼ੱਕ ਜ਼ਰੂਰ ਹੋਊਗਾ? ਨਹੀਂ ਸਰ ਨਹੀਂ, ਇਹ ਔਨ ਦ ਸਪੋਟ ਆਪਣੀ ਕਨਵਰਸੇਸ਼ਨ ਚੱਲ ਰਹੀ ਹੈ ਸਰ, ਬਿਲਕੁਲ ਵੀ ਸਕ੍ਰਿਪਟਡ ਨਹੀਂ ਸੀ। ਠੀਕ ਹੈ, ਇਨ ਫਿਊਚਰ ਆਪਾਂ ਤੁਹਾਡੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸ਼ੇਅਰ ਕਰ ਸਕਦੇ ਹਾਂ? ਕਰ ਦਿਓ ਸਰ। ਠੀਕ ਹੈ ਠੀਕ ਹੈ ਜੀ। ਕੀ ਤੁਸੀਂ ਸਨੀ ਕੋਚਿੰਗ ਕਲਾਸਿਸ ਆਪਣੇ ਫਰੈਂਡਸ ਅਤੇ ਰਿਲੇਟਿਵਸ ਨੂੰ ਰਿਕਮੈਂਡ ਕਰੋਗੇ ਜੀ? ਸਰ ਮੈਂ ਸ਼ੋਰਟ ਸ਼ੋਰਟ ਰਿਕਮੈਂਡ ਕਰੂੰਗਾ ਸਰ, ਬੈਸਟ ਕੋਚਿੰਗ ਹੈ ਇਹ, ਮਤਲਬ ਜੇ ਆਪਾਂ ਨੇ ਸੀ ਈ ਟੀ ਦੀ ਤਿਆਰੀ ਕਰਨੀ, ਕਿਉਂਕਿ ਤੁਹਾਨੂੰ ਕਾਫੀ ਨੌਲੇਜ ਹੈ ਵੀ ਕਿਸ ਤਰ੍ਹਾਂ ਦਾ ਪੇਪਰ ਆਉਂਦਾ ਹੈ, ਕਿਵੇਂ ਜਿਹੜੇ ਪ੍ਰੀਵੀਅਸ ਨੇ, ਤਾਂ ਸਰ ਜ਼ਰੂਰ ਮੈਂ ਰਿਕਮੈਂਡ ਕਰਨਾ ਚਾਹੂੰਗਾ।
ਥੈਂਕ ਯੂ ਸੋ ਮੱਚ ਫੋਰ ਗਿਵਿੰਗ ਯੋਰ ਟਾਈਮ। ਅਸੀਂ ਇਹੀ ਪ੍ਰੇ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਇੱਦਾਂ ਹੀ ਮਿਹਨਤ ਕਰਦੇ ਰਹੋ ਅਤੇ ਆਪਣੀ ਮੁਕੰਮਲ ਮੰਜ਼ਿਲ 'ਤੇ ਪਹੁੰਚੋ। ਥੈਂਕ ਯੂ ਸੋ ਮੱਚ ਫੋਰ ਗਿਵਿੰਗ ਯੋਰ ਟਾਈਮ ਐਂਡ ਆਲ ਦਾ ਵੈਰੀ ਬੈਸਟ ਫੋਰ ਯੋਰ ਫਿਊਚਰ। ਥੈਂਕ ਯੂ ਸਰ। ਗੁਰਕਨਵਰ ਕਿੱਦਾਂ ਦਾ ਹੋਇਆ ਪੇਪਰ? ਸਰ ਪੇਪਰ ਠੀਕ ਸੀਗੇ, ਹੀ ਵਧੀਆ ਹੋ ਗਈ। ਤਿੰਨਾਂ 'ਚੋਂ ਔਖਾ ਕਿਹੜਾ ਲੱਗਿਆ? ਸਰ ਕੈਮਿਸਟਰੀ ਔਖੀ ਸੀ। ਸੌਖਾ ਸੌਖੇ ਮੈਥ ਸੀ। ਕੀਤੇ ਹੋਏ 'ਚੋਂ ਸੀਗਾ? ਹਾਂਜੀ ਸਰ ਮੈਂ ਕੀਤੇ। ਆਪਣੇ ਕੀਤੇ ਹੋਏ 'ਚੋਂ ਬਾਹਰੋਂ ਤਾਂ ਨਹੀਂ ਲੱਗੇ ਕੁਸ਼ਚਨ? ਨਹੀਂ ਸਰ। ਕੁਛ ਕੁਸ਼ਚਨ ਸਿਮਿਲਰ ਵੀ ਸੀ? ਹਾਂਜੀ ਸਰ ਸਿਮਿਲਰ ਵੀ ਸੀਗੀ ਨਾ। ਫਿਰ ਉਹ ਸੋਲਵ ਸੋਲਵ ਵੀ ਕੀਤੇ ਕਿ ਐਂ ਟਿਕ? ਸਰ ਡਾਇਰੈਕਟ ਟਿਕ ਕਰਾ ਦੇ। ਚਲੋ ਇੱਦਾਂ ਵਧੀਆ ਕੀ ਹੋ ਸਕਦਾ ਕਿ ਮਤਲਬ ਬਿਨਾਂ ਸੋਲਵ ਕੀਤੇ ਹੀ ਟਾਈਮ ਬਚ ਜਾਂਦਾ? ਹਾਂਜੀ ਸਰ ਹਾਂਜੀ। ਠੀਕ ਹੈ ਠੀਕ ਹੈ। ਐਕਸਪੀਰੀਅੰਸ ਐਗਜ਼ਾਮ ਦਾ ਵਧੀਆ ਰਿਹਾ? ਵਧੀਆ ਸੀ ਸਰ ਹਾਂਜੀ। ਗ੍ਰੇਟ 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 ਗ੍ਰੇਟ। ਬਹੁਤ ਵਧੀਆ, ਰਿਜ਼ਲਟ ਵੀ ਵਧੀਆ ਹੀ ਆਏਗਾ। ਹਾਂਜੀ। ਅਤੇ ਫਿਰ ਆਪਾਂ ਜਲਦੀ ਤੁਹਾਨੂੰ ਸੈਂਟਰ 'ਚ ਵੀ ਮਿਲਦੇ ਹਾਂ। ਠੀਕ। ਹੋਰ ਕੁਛ ਪੁੱਛਣਾ ਹੋਵੇ? ਨਹੀਂ ਸਰ ਬਸ ਹੁਣ ਤਾਂ ਰਿਜ਼ਲਟ ਦੱਸੋ। ਬਿਲਕੁਲ ਬਿਲਕੁਲ, ਕੱਲ੍ਹ ਤੱਕ ਆ ਜਾਣਾ ਹੋਵੇ। ਹਾਂਜੀ ਓਕੇ ਓਕੇ। ਥੈਂਕ ਯੂ ਥੈਂਕ ਯੂ, ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਯਾਰ।